ਉੱਥੇ ਸੈਲਫੀਆਂ ਬਣ ਰਹੀਆਂ, ਉੱਥੇ ਫੋਟੋ ਬਣ ਰਿਹਾ, ਕਦੀ ਗੁੰਬਦ ਖਜ਼ਰਾ ਸ਼ਰੀਫ ਦੇ ਸਾਹਮਣੇ ਖੜ ਕੇ ਬਣ ਰਿਹਾ, ਕਦੀ ਮੁਆਜ਼ਾ ਸ਼ਰੀਫ ਦੇ ਸਾਹਮਣੇ। ਹਯਾ ਮੁੱਕ ਗਿਆ ਤੇ ਰਸੂਲੁੱਲਾ ਕੋਲ ਗਿਆ ਮੁਜਰਮ, ਗੁਨਾਹ ਕਰਕੇ ਪਹੁੰਚਿਆ, ਹਜ਼ੂਰ ਮੈਂ ਗੁਨਾਹਗਾਰ ਹਾਂ, ਤੇ ਉਹਨਾਂ ਦੇ ਸਾਹਮਣੇ ਫੋਟੋ ਬਣਾ ਰਿਹਾ ਆਪਣੇ, ਵੀ ਮੈਂ ਮੁਆਜ਼ਾ ਸ਼ਰੀਫ ਦੇ ਸਾਹਮਣੇ ਖੜਿਆ। ਹਯਾ ਹੀ ਮੁੱਕ ਗਈ ਉਮਤ ਨੂੰ, ਅਦਬ ਕੋਈ ਨਹੀਂ ਤਾਂ ਫਿਰ ਗੱਲ ਕਿਹੜੀ ਰਹਿ ਗਈ, ਵੀ ਤੁਸੀਂ ਕਿਹੜੇ ਉਮਰੇ ਹਜ ਕਰਨ ਜਾਂਦੇ ਹੋ, ਤੁਸੀਂ ਫੋਟੋ ਖਿਚਾਉਣ ਜਾਂਦੇ ਹੋ ਹਜ਼ੂਰ ਦੇ ਨਾਲ। ਘੰਟੀਆਂ ਵੱਜ ਰਹੀਆਂ ਨਮਾਜ਼ ਦੇ ਦੌਰਾਨ ਜਨਾਬ, ਨਮਾਜ਼ ਹੋ ਰਹੀ ਜਨਾਬ, ਉਸ ਤੋਂ ਬਾਅਦ ਫੌਰਨ ਜਨਾਬ ਏਅਰਪੋਰਟ 'ਤੇ ਉਤਰਿਆ, ਉੱਥੋਂ ਇੱਕ ਫੋਟੋ ਭੇਜਿਆ ਜੀ, ਮੈਂ ਜੱਦੇ ਪਹੁੰਚ ਗਿਆ, ਫਿਰ ਜਨਾਬ ਇਹਰਾਮ ਵਧਿਆ, ਫਿਰ ਜਨਾਬ ਕਾਬੇ ਵਿੱਚ ਗਿਆ, ਅਤੇ ਵੇਖ ਜੀ ਮੈਂ ਹੁਣ ਤਵਾਫ ਕਰ ਰਿਹਾ ਅਤੇ ਆਪਣੀਆਂ ਤਸਵੀਰਾਂ ਭੇਜ ਰਿਹਾ। ਦੱਸੋ ਕਿਹੜਾ ਤਵਾਫ ਹੈ ਜਿਹੜਾ ਹਜ਼ੂਰ ਦੇ ਸਾਹਮਣੇ ਖੜ ਕੇ ਤੂੰ ਮੁਆਜ਼ਾ ਸ਼ਰੀਫ ਦੇ ਸਾਹਮਣੇ ਖੜ ਕੇ ਤਸਵੀਰਾਂ ਬਣਾ ਕੇ ਭੇਜ ਰਿਹਾ ਕਿ ਜੀ ਮੈਂ ਹਜ਼ੂਰ ਦੇ ਸਾਹਮਣੇ ਖੜਿਆ, ਅਤੇ ਤੂੰ ਹਜ਼ੂਰ ਦੇ ਸਾਹਮਣੇ ਖੜਿਆ, ਬਾਬੇ ਜਬਰੀਲ ਕੇ ਪਹਿਲੂ ਮੇਂ ਜ਼ਰਾ ਧੀਰੇ ਸੇ ਫਖਰ ਕਹਿਤੇ ਹੋਏ ਜਬਰੀਲ ਕੋ ਯੂੰ ਪਾਇਆ ਕਿ ਆਪਣੀ ਪਲਕੋਂ ਸੇ ਦਰੇ ਯਾਰ ਪੇ ਦਸਤਕ ਦੇਨਾ, ਉੱਚੀ ਆਵਾਜ਼ ਹੋਈ ਉਮਰ ਕਾ ਸਰਮਾਇਆ। ਇਹਦਾ ਨਾਂ ਹੈ ਨਾ ਪਲਕਾ ਨਾਂ। ਅਨਸ ਬਿਨ ਮਾਲਿਕ ਕਹਿੰਦੇ ਮੈਂ 10 ਸਾਲ ਹਜ਼ੂਰ ਦੀ ਖਿਦਮਤ ਕੀਤੀ, 10 ਸਾਲ ਕਿਤਨੇ ਸਾਹਬਾ ਹਜ਼ੂਰ ਦੇ ਘਰ ਆਏ ਹੋਣੇ ਨੇ, ਕਿਤਨੀ ਦਸਤਕ। ਕਹਿੰਦੇ ਮੈਂ ਅਬੂ ਬਕਰੋ ਉਮਰ ਤੋਂ ਲੈ ਕੇ ਅਤੇ ਵਾਸ਼ੀ ਬਿਨ ਹਰਬ ਤੱਕ ਜਿਹਨਾਂ ਇੱਕ ਵਾਰੀ ਹਜ਼ੂਰ ਨੂੰ ਵੇਖਿਆ, ਜਿਹੜਾ ਵੀ ਦਰੇ ਰਸੂਲ 'ਤੇ ਆਇਆ ਉਹਨੇ ਇੰਝ ਦਰਵਾਜ਼ਾ ਨਹੀਂ ਖੜਕਾਇਆ, ਉਹਨੇ ਇੰਝ ਨਾਖਨਾ ਨਾਲ ਦਰਵਾਜ਼ਾ ਖੜਕਾਇਆ।